ਹਿਮਾਚਲ ਅਤੇ ਗੁਜਰਾਤ ਦੇ ਵਿੱਚ ਬੀਜੇਪੀ ਦੀ ਜਿੱਤ ਦਾ ਪੂਰੇ ਦੇਸ਼ ਵਿੱਚ ਬੀਜੇਪੀ ਦੇ ਵਰਕਰਾਂ ਵੱਲੋਂ ਜਸ਼ਨ ਮਨਾਇਆ ਜਾ ਰਿਹਾ ਹੈ। ਉੱਥੇ ਅੱਜ ਖਰੜ ਵਿੱਚ ਗੁਜਰਾਤ ਅਤੇ ਹਿਮਾਚਲ ਦੇ ਵਿੱਚ ਬੀਜੇਪੀ ਦੀ ਸ਼ਾਨਦਾਰ ਜਿੱਤ ਨੂੰ ਲੈ ਕੇ ਖਰੜ ਦੇ ਇਲਾਕੇ ਦੇ ਬੀਜੇਪੀ ਵਰਕਰਾਂ ਦੇ ਵਿੱਚ ਖੁਸ਼ੀ ਦੀ ਲਹਿਰ ਦੌੜ ਪਈ ਅਤੇ ਬੀਜੇਪੀ ਵਰਕਰਾਂ ਦੇ ਵੱਲੋਂ ਢੋਲ ਵਜਾ ਕੇ ਅਤੇ ਲੱਡੂ ਵੰਡ ਕੇ ਖੁਸ਼ੀ ਮਨਾਈ ਗਈ। ਬਹੁਤ ਖੁਸ਼ੀ ਹੈ ਜੀ, ਔਰ ਪੂਰੇ ਦੇਸ਼ ਦੇ ਵਿੱਚ ਹੀ ਬਹੁਤ ਖੁਸ਼ੀ ਦੀ ਲਹਿਰ ਦੌੜੀ ਹੈ, ਉਤਸ਼ਾਹ ਹੈ, ਵਰਕਰਸ ਦੇ ਵਿੱਚ ਜੋਸ਼ ਵਧਿਆ, ਵਰਕਰਾਂ ਦਾ ਮਨੋਬਲ ਵਧਿਆ। ਮੈਂ ਕਹਿਣਾ ਚਾਹਾਂਗਾ ਕਿ ਗੁਜਰਾਤ ਦੇ ਵਿੱਚ ਪਿਛਲੇ ਸਮੇਂ 'ਚ ਕਾਂਗਰਸ ਨੇ ਜਾਤੀਵਾਦ ਨੂੰ ਵਧਾਵਾ ਦਿੱਤਾ ਔਰ ਉਹਨਾਂ ਨੂੰ ਲੱਗ ਰਿਹਾ ਸੀਗਾ ਕਿ ਜਿਹੜਾ ਵਿਕਾਸ ਦਾ ਏਜੰਡਾ ਹੈ ਬੀਜੇਪੀ ਦਾ, ਅਸੀਂ ਉੱਥੋਂ ਲੋਕਾਂ ਨੂੰ ਭਟਕਾ ਕੇ ਜਾਤ ਦੇ ਆਧਾਰ 'ਤੇ, ਧਰਮ ਦੇ ਆਧਾਰ 'ਤੇ ਵੋਟਾਂ ਲੈ ਕੇ ਅਸੀਂ ਜਿੱਤ ਜਾਵਾਂਗੇ। ਲੇਕਿਨ ਮੈਨੂੰ ਇਸ ਗੱਲ ਦੀ ਖੁਸ਼ੀ ਹੈ ਔਰ ਮੈਂ ਗੁਜਰਾਤ ਦੀ ਜਨਤਾ ਦਾ ਧੰਨਵਾਦ ਵੀ ਕਰਨਾ ਚਾਹੁੰਦਾ ਕਿ ਉਹ ਵਿਕਾਸ ਦੇ ਏਜੰਡੇ ਤੋਂ ਭਟਕੇ ਨਹੀਂ। 22 ਸਾਲ ਸਰਕਾਰ ਨੂੰ ਜਦੋਂ ਚੱਲਦਿਆਂ ਹੋ ਜਾਂਦੇ ਹੈ ਅਤੇ ਕੈਂਟਿੰਗ ਏਜੰਸੀ ਵੀ ਜਿਹੜੀ ਹੈ ਉਹ ਸਰਕਾਰ ਦੇ ਖਿਲਾਫ਼ ਆ ਜਾਂਦੀ ਹੈ, ਲੇਕਿਨ ਉਸ ਦੇ ਬਾਵਜੂਦ ਆਪਣੀ ਜਿੱਤ ਦੀ ਜਿਹੜੀ ਲੜੀ ਹੈ ਉਹ ਗੁਜਰਾਤ ਨੇ ਬਰਕਰਾਰ ਰੱਖੀ ਹੈ। ਗੁਜਰਾਤ ਦੀ ਜਨਤਾ ਨੂੰ ਵਧਾਈ, ਉਹਨਾਂ ਦਾ ਧੰਨਵਾਦ। ਹਿਮਾਚਲ ਦਾ ਅੱਜ ਤੱਕ ਸਵਾਲ ਹੈ, ਹਿਮਾਚਲ ਨੇ ਕਾਂਗਰਸ ਸਰਕਾਰ ਦਾ ਜਿਹੜਾ ਕੁਸ਼ਾਸਨ ਸੀ, ਜਿਹੜਾ ਭ੍ਰਿਸ਼ਟਾਚਾਰ ਸੀ, ਉੱਥੋਂ ਦਾ ਮੁੱਖ ਮੰਤਰੀ, ਉਹਨਾਂ ਦਾ ਪਰਿਵਾਰ ਜਿਹੜਾ ਭ੍ਰਿਸ਼ਟਾਚਾਰ 'ਚ ਲਿਪਤ ਰਿਹਾ, ਉਹਦੇ ਖਿਲਾਫ਼ ਫਤਵਾ ਦਿੱਤਾ ਔਰ ਉੱਥੇ ਵੀ ਵੱਡੀ ਜਿੱਤ ਜਿਹੜੀ ਹੈ ਪਾਰਟੀ ਨੂੰ ਪ੍ਰਾਪਤ ਹੋਈ ਹੈ। ਖਰੜ ਤੋਂ ਡੈਵਿਡ ਵਰਮਾ ਦੀ ਰਿਪੋਰਟ, ਚੈਨਲ 2।